ਬਿਸਮਿਲ੍ਲਾਹਿਰ ਰਹਿਮਾਨੁਰ ਰਹੀਮ ਅਸਲਾਮੁਅਲੈਕੁਮ ਜੀ ਕੀ ਹਾਲ ਚਾਲ ਵਿਨਾ ਪ੍ਰਾਮਦ ਅਮੀਦ ਇੱਕ ਸਰ ਖੈਰਫੀਅਤ ਨਾਲ ਹੋਣਗੇ ਤੇ ਅੱਜ ਤੁਹਾਡੇ ਵਾਸਤੇ ਮੈਸੇਜ ਪਰ ਕੁਸਨ 240 ਤਾਂ ਤੁਸੀਂ ਸਕਰੀਨ ਤੇ ਸ਼ੋਅ ਹੋਇਆ ਵੇਖ ਰਹੇ ਜੇ ਇਹਦੀ ਤਮਾਮ ਡਿਟੇਲਸ ਪ੍ਰਾਈਸ ਮਾਲਕ ਦਾ ਨੰਬਰ ਹਰ ਚੀਜ਼ ਜਿਹੜੀ ਇਹ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਜਿਹੜੇ ਭਰਾ ਸਾਡੇ ਚੈਨਲ ਤੇ ਨਵੇਂ ਆਏ ਨੇ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਨੂੰ ਨਾਲ ਅਪਲੋਡ ਦਾ ਫਾਇਦਾ ਜਿਹੜੀ ਵੀਡੀਓ ਅਪਲੋਡ ਕਰਾਂਗਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚੇਗਾ ਅਗਰ ਭਣਾਵਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਦਿਲ ਦੀ ਟੈਗ ਕਰਾਈਆਂ ਤਾਂ ਸ਼ੁਕਰਗੁਜ਼ਾਰ ਹਾਂ ਉਹਨਾਂ ਭਰਾਵਾਂ ਦਾ ਪਿਆਰ ਅਗਰ ਤੁਸੀਂ ਆਪਣਾ ਟਰੈਕਟਰ ਕੋਈ ਜ਼ਰੀ ਇਲਾਦ ਦੇ ਮਤਲਕ ਕੋ ਲਾਨਾ ਚਾਹਦੇ ਜੇ ਥੱਲੇ ਕਮੈਂਟ ਦੇ ਵਿੱਚ ਆਪਣਾ ਨੰਬਰ ਕਮੈਂਟ ਕਰ ਦਿਓ ਨਾਲ ਨਾਮ ਕਮੈਂਟ ਕਰ ਦਿਓ WhatsApp ਨੰਬਰ ਹੋਵੇ ਮੈਂ ਤੁਹਾਡੇ ਨਾਲ ਰਾਬਤਾ ਕਰ ਲਾਂਗਾ ਤੁਹਾਡਾ ਟਰੈਕਟਰ ਕੋਈ ਆਜ਼ਾਰ ਕੋਈ ਚੀਜ਼ ਹੋਏਗੀ ਉਹਨੂੰ ਫਾਰ ਸੇਲ ਤੇ ਲਾਦਵਾ ਕਰਾਂਗਾ ਤੇ ਵੀਡੀਓ ਪੂਰੀ ਵਾਚ ਕਰ ਲਿਓ ਵੀਡੀਓ ਦੇ ਵਿੱਚ ਹੀ ਮਾਲਕ ਦਾ ਨੰਬਰ ਸ਼ੋਅ ਕਰਦਾਗਾ ਡਿਮਾਂਡ ਦੱਸਦਾਗਾ ਹਰ ਚੀਜ਼ ਦੱਸਦਾਗਾ ਕਮੈਂਟ ਦੇ ਵਿੱਚ ਨਾ ਪੁੱਛਿਆ ਕਰੋ ਵੀਡੀਓ ਪੂਰੀ ਵੇਖ ਲਿਆ ਕਰੋ 4-5 ਮਿੰਟ ਦੀ ਤੇ ਤੁਹਾਨੂੰ ਇਹਦੇ ਵਿੱਚ ਹਰ ਚੀਜ਼ ਮਿਲ ਜੇਗੀ ਤੇ ਕਰਨੇ ਆ ਵੀਡੀਓ ਸ਼ੁਰੂ हाँ जी बैजान दो सौ चाली ट्रैक्टर बड़ा तगड़ा ट्रैक्टर आ गया जी तो पहला वाजहर दसदा जी ये बंद ट्रैक्टर देना खोल के मालक दे, नहीं देना बका कन्फर्म तुम्हें कॉल करके करना है कि बैजान खोल के दोगे या बंद बंद दोगे सानू जी उन्होंने आवाज़ दीती असंे तक पहुँचाती फ्रंट टायर बैकसाइड वाले टायर पहला देख लो फिर फ्रंट वाले तुम दिखा तो देने अरेम चंगे ने मकरट ओके ने बकाये शो का भी कन्फर्म कर लेना पई है कि नहीं पई बयासी माडल ਤੇ ਪੰਪ ਚੰਗਾ ਸਲਫ ਚੰਗੀ ਏ ਜਨਰੇਟਰ ਚੰਗਾ ਕ੍ਰੈਂਕ ਜਿਹੜੀ ਸਟੈਂਡਰਡ ਤੇ ਵਲੈਤੀ ਪਰਕਨ ਦੀ ਜਿਹੜੀ ਇਹਦੀ ਆਪਣੀ オリジナル ਏ ਉਹੀ ਕ੍ਰੈਂਕ ਮਾਲਕ ਕਹਿੰਦੇ ਜੀ ਇਹਦੇ ਨਾਲ ਮੌਜੂਦ ਏ ਤੇ ਸਲਫ ਛੋਟਾ ਲੱਗਿਆ ਆ ਜਨਰੇਟਰ ਚੱਲਦਾ ਹੈ ਚਾਲੂ ਹਾਲਤ ਦੇ ਵਿੱਚ ਬੈਟਰੀ ਚਾਰਜਿੰਗ ਕਰਦਾ ਬਾਜ਼ੁਕਾ ਜਨਰੇਟਰ ਲੱਗੇ ਹੁੰਦੇ ਨੇ ਲੇਕਿਨ ਬੈਟਰੀ ਚਾਰਜਿੰਗ ਨਹੀਂ ਕਰਦੇ ਪਰਕੰਦੀ ਮੋਰ ਲੱਗੀ ਹੋਈ ਹੈ 240 ਤਗੜਾ ਟਰੈਕਟਰ ਸੁੱਕਾ ਸੁੱਕਾ ਟਰੈਕਟਰ ਪਿਆ ਕਿ ਤੁੰ ਕੋਈ ਲੀਕੇਜ ਵਗੈਰ ਨਹੀਂ ਹੈ ਬੈਟਰੀ ਵੀ ਇਹਦੇ ਵਿੱਚ ਮੌਜੂਦ ਹੈ ਬੈਟਰੀ ਕਾਫੀ ਸਾਫ ਹੈ ਤੇ ਵੱਡੀ ਬੈਟਰੀ ਮੌਜੂਦ ਹੈ ਇਹਦੇ ਵਿੱਚ ਹਾਫ ਸੈਲਫ ਸਟਾਰਟ ਤੇ ਮਾਲਕਾਂ ਦੇ ਜੀ ਟਰੈਕਟਰ ਸਟਾਰਟ ਹੋ ਜਾਂਦਾ ਹੈ ਤੇ ਇਹਦੇ ਤੇ 1 ਰੁਪਿਆ ਦਾ ਵੀ ਕੰਮ ਨਹੀਂ ਬੇਆਵਾਜ਼ ਗੀਅਰ ਬਕਸ ਆਇਆ ਹੈ ਠੀਕ ਹੈ ਜੀ ਹਿੱਚ ਲੱਗੀ ਹੋਈ ਹੈ ਨੂੰ ਟਾਇਰ ਚੰਗੇ ਨੇ ਬੈਕ ਵਾਲੇ ਬਕਾਇਆ ਟੂਕਾ ਟੂਪਾਂ ਦਾ ਜਿਹੜਾ ਸਾਫ਼ ਸੁਥਰਾ ਟਰੈਕਟਰ ਹੈ ਕਿਤੋਂ ਕੋਈ ਕ੍ਰੈਕ ਨਹੀਂ ਹੋਈ ਕੋਈ ਬਲਾਕ ਚੇਂਜ ਨਹੀਂ ਹੋਇਆ ਅੰਦਰ ਰੇਮ ਨਹੀਂ ਪਾਟਿਆ ਜ਼ੰਗ ਲੱਗਿਆ ਹੈ ਕੋਈ ਥੋੜਾ ਬੋਤ ਹਲਕਾ ਪਲਕਾ ਹੁੰਦਾ ਹੈ ਟੇਮਾਂ ਲੱਗੀਆਂ ਹੋਈਆਂ ਨੇ ਮਗਰਾਡਾਂ ਦੇ ਥੱਲੇ ਤੇ ਬਕਾਇਆ ਥੱਲੇ ਕੋਈ ਲੀਕੀਜ ਵੀ ਨਹੀਂ ਹੈ ਮਾਲਕਾਂ ਦਾ ਨੰਬਰ ਜਿਹੜਾ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਦਿੱਤਾ ਹੈ ਇਸ ਨੰਬਰ ਤੇ ਤੁਸੀਂ رابطہ ਕਰ ਸਕਦੇ ਜੇ ਜ਼ਫਰਵਾਲ ਦੇ ਕੋਲ ਕਿਤੇ ਟਰੈਕਟਰ ਮੌਜੂਦ ਹੈ ਨਾਰੋਵਾਲ ਮੁਜ਼ਫਰਵਾਲ ਨਾਰੋਵਾਲ ਤੇ ਜ਼ਫਰਵਾਲ ਵਾਲੇ ਬੰਦੇ ਭਾਈ ਜਣ ਭਾਈ ਕਹਿ ਰਿਆ ਸੀ ਕਿ ਰਾਬਤਾ ਕਰ ਸਕਦੇ ਨੇ ਬਕਾਇਆ ਹੋਰ ਵੀ ਕਰ ਸਕਦੇ ਲੇਕਿਨ ਇਹ ਲੋਕੇਸ਼ਨ ਨਾਰੋਵਾਲ ਜ਼ਫਰਵਾਲ 450000 ਰੁਪਏ ਦੀ ਡਿਮਾਂਡ ਹੈ ਬਕਾਇਆ ਕਾਗਜ਼ਾਤ ਕਲੀਅਰ ਨੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰ ਦੇਣਾ ਜਾਜ਼ੋਦੋ ਦੋ ਦਵਾਵਾਂ ਚ ਯਾਦ ਰੱਖੋ ਬਹੁਤ ਸਾਰਾ ਖੈਰ ਰੱਖੋ ਅੱਲਾਹ ਨੇ ਗੁਮਾਨ ਅਸਲਾਮੁਅਲੈਕਮ